बोल मिट्टी जिया बाबिया बोल मिट्टी जिया ओ बोल मिट्टी जिया बाबिया बोल मिट्टी जिया ओ बोल मिट्टी जिया बाबिया में ओ क्यों नहीं बोल जा पूरा क्यों नहीं तोल जा ए मुख ना लुकावे जग दे आशन ना छोटे छोटे वाल तेरे ये गल सुन मेरी कलम मिलत मैं तेरी गल सुन मेरी कलम मिलत मैं तेरी हाथ जोड़ के बांध दे पामा सुन जी कला दे मुंदरी सुन जी कला दे मुंदरी हाथ पा के मैं तोनू बनावा सतगुरु नानक आ जा दुनिया नू दीद दिखा संगत पई पकार दी तेरे हाथ विच चाबी आउंदा ता सारे संसार दी सारे संसार दी जेलों विच जाके दुखियां दा तू दुख नवारिया दुख नवारिया तू कर्म कमाया ऐसा डुबिया नमस्कार तुस दिखाई डोगरी न्यूज़ गुलिस्तान ते आऊं तुंदे कन्नै देश राज आए दिन अस तुसें दी खबरें दे माध्यम कन्नै हर जगह हर चीज़ दसने आं लेकिन अज अस आए दे आं नमें शहर च और मलागे तुसें रमेश चंद जमला जमला कैली आखदे न ओह बी गल करगे कुंदे शगीरदन ओह बी गल करगे ते सनागे तुसें दी अज फिर चंगे चंगे गाने डोगरी न्यूज़ गुलिस्तान च स्वागत है तुंदा ते केह् आखना चाहोगे ਕੀ ਨਾਂ ਕਨੇ ਤੁਸੀਂ ਪੁਕਾਰਿਆ ਜਾਂਦਾ ਔਰ ਕੈਲੀ ਸਭ ਤੋਂ ਪਹਿਲਾਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਗੁਲਸਤਾਨ ਨਿਊਜ਼ ਦਾ ਸ਼ੁਕਰੀਆ ਤੇ ਜਿਹਨੇ ਸਾਨੂੰ ਇੰਨਾ ਉੱਚਾ ਸਮਝਿਆ ਤੇ ਕੰਨੇ ਇਹਦੇ ਕੰਨੇ ਕੇ ਸੁਣਨੇ ਵਾਲੇ ਸਰੋਤੇ ਕੀ ਸਭ ਤੋਂ ਪਹਿਲਾਂ ਮੇਰਾ ਨਮਸਕਾਰ ਆਦਮ ਸਤਿ ਸ਼੍ਰੀ ਅਕਾਲ ਕਿ ਜਿਹੜੇ ਵੀ ਸੁਣਨੇ ਵਾਲੇ ਨੇ ਉਹਨੇ ਸਾਰੀ ਮੇਰਾ ਜੈ ਮਾਤਾ ਦੀ ਰਾਮ ਰਾਮ ਤੁਸੀਂ ਜੀ ਰਮੇਸ਼ ਚੰਦ ਜਮਲਾ ਆਖਦੇ ਕਿ ਮੈਂ ਜਮਲੇ ਜੜ ਦੇ ਗਾਣੇ ਗਾਉਣਾ ਅੱਛਾ ਉਸਤਾਦ ਨੂੰ ਤਾਂ ਗਾਣੇ ਜਮਲਾ ਜੜ ਦੇ ਗਾਉਂਦੇ ਹੋਇਆ ਮੈਂ ਕਾਫੀ ਚਿਰ ਅਤੇ ਉਹ ਇਹਦੀ ਆਵਾਜ਼ 'ਚ ਵੀ ਗਾਇਆ ਤਾਂ ਵੀ ਇਹਨੇ ਕੰਪਨੀ ਵਾਲੇ ਵੀ ਜਮਲਾ ਜੜ ਦਾ ਅਵਾਰਡ ਦਿੱਤਾ ਔਰ ਉਹਨੇ ਵੀ ਜਮਲਾ ਨਾਂ ਰੱਖਿਆ ਹਾਂ ਤੋਂ ਇਹ ਗੌਰਮੈਂਟ ਦੇ ਅਵਾਰਡ ਵੀ ਮਿਲੇ ਮਿਲੇ ਪੰਜ ਸੱਤ ਵਾਰਡ ਮਿਲੇ ਨੇ ਅਤੇ ਇਹਦੇ ਕੰਨੇ ਵੀ ਹੋਰ ਵੀ ਚੀਜ਼ਾਂ ਬੜੀਆਂ ਜਿਹੜੀਆਂ ਗਾਉਣਾ ਆਲਮ ਲੁਹਾਰ ਦੀਆਂ ਚੀਜ਼ਾਂ ਜਿਹੜੀਆਂ ਬਾਹਰ ਮੇਰੀਆਂ ਪਰ ਇਹ ਚੀਜ਼ ਹੋਰ ਵੀ ਹੈ ਤੂੰ ਬੜੀ ਫੜੀ ਤੁਸੀਂ ਜ਼ਬਰਦਸਤ ਬੜੇ ਪੁਰਾਣੇ ਦਾ ਉਹ ਹੈ ਅੱਜ ਕੱਲ੍ਹ ਜਿਹੜੀ ਉਹ ਹੈ ਨਾ ਯੁਵਾ ਪੀੜ੍ਹੀ ਜਿਹੜੀ ਉਹ ਨਹੀਂ ਇਹਦਾ ਇਸਤੇਮਾਲ ਕਰ ਸਕਦੀ ਨਾ ਕਰਦੀ ਹੈ ਕਿਉਂ ਕਿ ਅੱਜ ਕੱਲ੍ਹ ਜ਼ਮਾਨਾ ਬਦਲੀ ਗਿਆ ਸਾਡਾ ਜ਼ਮਾਨਾ ਕੁਛ ਹੋਰ ਹਾ ਕਿ ਸਾਡੇ ਜ਼ਮਾਨੇ ਵਿੱਚ ਤੂੰਬੀਆਂ ਵਜਾਉਣੀਆਂ ਚਾਹੇ ਮੱਟੀਆਂ ਚੱਲਣੀਆਂ ਅੱਜ ਜੋੜੀ ਵਾਲੇ ਨਗੋਜੇ ਵਾਲੇ ਵੀ ਨਹੀਂ ਰਹੇ ਵਿਚਾਰੇ ਅਤੇ ਕੁਹਦੇ ਕਰਨ ਕਰਨਾ ਕੰਮ ਅੱਛਾ ਅਸ ਵੀ ਦਿਖਣੇ ਆ ਫਿਰ ਜਮਲੇ ਜੱਟ ਦਾ ਬਾਕੀ ਅਸਰ ਵੀ ਹੈ ਕਿ ਆਵਾਜ਼ ਵੀ ਹੁੰਦੀ ਆ ਲੇਖਾ ਮਿਲਦੀ ਜਾਂ ਕੀ ਹੈ ਸੁਣਾਓ ਫਿਰ ਕੋਈ ਗਾਣਾ ਫਿਰ ਜਮਲੇ ਜੱਟ ਦਾ ਕੋਈ ਯਾਦ ਕੋਈ ਚੰਗਾ ਜਿਹਾ ਹੋਈ ਸਤਿਗੁਰ ਨਾਨਕ ਆ ਜਾ ਦੁਨੀਆ ਨੂੰ ਦੀਦ ਦਿਖਾ ਸੰਗਤ ਪਈ ਪਕਾਰ ਦੀ ਤੇਰੇ ਹੱਥ ਵਿੱਚ ਚਾਬੀ ਆਉਂਦਾ ਤਾਂ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਜੇਲਾਂ ਵਿੱਚ ਜਾ ਕੇ ਦੁਖੀਆਂ ਦਾ ਤੂੰ ਦੁੱਖ ਨਿਵਾਰਿਆ ਦੁੱਖ ਨਿਵਾਰਿਆ ਤੂੰ ਕਰਮ ਕਮਾਇਆ ਐਸਾ ਡੁੱਬਿਆ ਨੂੰ ਤਾਰਿਆ ਡੁੱਬਿਆ ਨੂੰ ਤਾਰਿਆ ਤੂੰ ਆਕੜ ਪੰਨੀ ਦਾਤਾ ਆਕੜ ਪੰਨੀ ਦਾਤਾ ਬਾਬਰ ਸਰਕਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਜਲਾਲ ਲਿਆ
तू राहे पालिया राहे पालिया तेरी बाणी दे विच बाबा बाणी दे विच बाबा हर बात बचार दी तेरे हाथ विच चाबी ओ दाता सारे संसार दी सारे संसार दी ओ पंजा दे ननकाना नजरा तों दूर ले नजरा तों दूर ले ओ पंजा दे ननकाना नजरा तों दूर ले नजरा तों दूर ले तेरी जीत दी खातर बाबा अखियां मजबूर ले अखियां मजबूर ले जमले जट दी टुंबी जमले जट दी टुंबी तेनू वाजा मार दी तेरे हाथ विच डाबी ओ डाटा सारे संसार दी सारे संसार दी सतगुरु नानक आ जा दुनिया नू दीद दिखा संगत पई पुकार दी तेरे हाथ विच डाबी ओ डाटा सारे संसार दी सारे संसार दी बड़ा शैल है क्योंकि आखदे कोई भी चंगा काम करना होवे ना ते थोड़ा रा धार्मिक जरूर होना चाहिदा ठीक है इन्हें नां लिया जिहड़ा बड़ा चंगा है और सारे वास्ते एक बराबर होंदा है चाहे कोई भी धर्म होए गल की जा जमले जट की हाँ जी तकरीबन लोग कुदै गेदे होंदे रिश्तेदारें घर ते तां भी लोग तुसीं आखदे ने भाई सुनाओ कोई जमले जट दा गाना कोई होंदा ना इ'यां गेदे हो कुदै इ'यां रिश्तेदारें दा जिथे भी गए आखदे महाराज सुनाओ जिथे भी गए सब तों पहलां लाल चंद जमले जट जी ਜਿਹੜੇ ਗਾਣੇ ਨੇ ਉਹ ਸਾਡੇ ਅੱਗੇ ਆਉਂਦੇ ਚਾਹੇ ਜਮਲਾ ਜੱਟ ਜੀ ਜਾਂ ਆਲਮ ਲੁਹਾਰ ਜੀ ਇਹਦੀਆਂ ਚੀਜ਼ਾਂ ਸਭ ਤੋਂ ਪਹਿਲਾਂ ਇਹੋ ਜਿਹੇ ਲੋਕ ਸੁਣਦੇ ਕੋਈ ਆਲਮ ਲੁਹਾਰ ਦੀ ਚੀਜ਼ ਸੁਣਾਓ ਕੋਈ ਜਮਲੇ ਚੀਜ਼ ਦੀ ਜੱਟ ਦੀ ਚੀਜ਼ ਕਈ ਵਾਰੀ ਹੁੰਦਾ ਨਾ ਕੋਈ ਰਿਸ਼ਤੇਦਾਰੀ ਘਰ ਗਏ ਦਿਆਂ ਕੁਦੇ ਸ਼ਾਮੀ ਉੱਥੇ ਰਹੇ ਹਾਂ ਜਾਂ ਕੋਈ ਵਿਆਹ ਕਾਰਜ 'ਚ ਗਏ ਦਿਆਂ ਅਤੇ ਹੁੰਦਾ ਨਾ ਲੋਕ ਆਖਦੇ ਨਹੀਂ ਯਾਰ ਅੱਜ ਦੇ ਬਹਾਨੇ ਪਿੱਛੇ ਕੋਈ ਗਾਣਾ ਸੁਣਾਓ ਸਾਨੂੰ ਹਾਂ ਉਹ ਵੀ ਗੱਲ ਹੁੰਦਾ ਬੜੇ ਵਾਰੀ ਕੁਦੇ ਮੁਹੱਲੇ 'ਚ ਗਰਾਂ ਦੇ ਪਿੱਪਲ ਬੂਟੇ ਥੱਲੇ ਬੈਠੇ ਜਾਂ ਕੁਦੇ ਬੈਠੇ ਹੋ ਥੜੇ ਪਰ ਅਤੇ ਉੱਥੇ ਵੀ ਲੋਕ ਆਖਦੇ ਜੀ ਸੁਣਾਓ ਹਾਂ ਕੋਈ ਹਾਂਜੀ ਮੇਰੀ ਦੁਕਾਨ ਹੈ ਇੱਧਰ ਬਾਹਰ ਅੱਗੇ ਦੁਕਾਨ ਦੇ ਅੱਗੇ ਪਿੱਪਲ ਦਾ ਬੂਟਾ ਵੀ ਹੈ ਸਾਰੇ ਲੋਕ ਫਿਰ ਆਣੀਆਂ ਬਹੁੰਦੇ ਮਤੇ ਵਾਰੀ ਫਿਰ ਲੋਕ ਆਖਦੇ ਜੀ ਸੁਣਾਇਓ ਫਲਾਣੀ ਚੀਜ਼ ਢੀਂਗਲੀ ਚੀਜ਼ ਜਮਲੇ ਜੜ ਦਾ ਸੁਣਾਓ ਕੋਈ ਆਲਮ ਦਾ ਸੁਣਾਓ ਕੋਈ ਪੂਰਨ ਭਗਤ ਦੀ ਗੱਲ ਸੁਣਾਓ ਕੋਈ ਮਿਰਜੇ ਸਾਹਿਬਾਂ ਦੀ ਇਹ ਕਿਹੜੀਆਂ ਚੀਜ਼ਾਂ ਜਿਹੜੀਆਂ ਫਿਰ ਗਾਣਾ ਕੁਛ ਸਾਨੂੰ ਵੀ ਚੱਲ ਜਾ ਫਿਰ ਹਾਂਜੀ ਲਓ ਤੁਸੀਂ ਵੀ ਸੁਣਾਉਂਦੇ ਹੋ ਗਾਣਾ ਕੁਛ ਸੁਣਾਉਂਦੇ ਹਾਂ ਜਿਹੜਾ ਅੱਜ ਕੱਲ੍ਹ ਫੈਸ਼ਨ ਦੇ ਤੌਰ ਉੱਪਰ ਸੁਣਾਓ ਗੱਲ ਸੁਣ ਮੇਰੀ ਕਲਾ ਮਿਲਣ ਤੇ ਮੈਂ ਤੇਰੀ ਗੱਲ ਸੁਣ ਮੇਰੀ ਕਲਾ ਮਿਲਣ ਤੇ ਮੈਂ ਤੇਰੀ ਹੱਥ ਜੋੜ ਕੇ ਬਾਂਹ ਤੇ ਪਾਵਾਂ ਸੁਣ ਜੀ ਕਲਾ ਦੇ ਮੁੰਦਰੀ ਸੁਣ ਜੀ ਕਲਾ ਦੇ ਮੁੰਦਰੀ ਹੱਥ ਪਾ ਕੇ ਮੈਂ ਟੋਰ ਨੂੰ ਬਣਾਵਾਂ ਸੁਣ ਜੀ ਕਲਾ ਦੇ ਮੁੰਦਰੀ ਉਹ ਮੁੰਦਰੀ ਕਲਾ ਦੇ ਮਾਝੇ ਮੰਨ ਮੇਰੀ ਗੱਲ ਵੇ ਹੋ ਕੇ ਤਿਆਰ ਮਾਝੇ ਨਵੇਂ ਸ਼ਹਿਰ ਚੱਲ ਵੇ ਮੁੰਦਰੀ ਕਲਾ ਦੇ ਮਾਝੇ ਮੰਨ ਮੇਰੀ ਗੱਲ ਵੇ ਹੋ ਕੇ ਤਿਆਰ ਮਾਝੇ ਨਵੇਂ ਸ਼ਹਿਰ ਚੱਲ ਵੇ ਵਿੱਚ ਸੋਹਣੇ ਸੋਹਣੇ ਲੱਗ ਜੜਵਾਵਾਂ ਵਿੱਚ ਸੋਹਣੇ ਸੋਹਣੇ ਲੱਗ ਜੜਵਾਵਾਂ ਸੋਨੇ ਦੀ ਕਲਾ ਦੇ ਮੁੰਦਰੀ ਸੋਨੇ ਦੀ ਕਲਾ ਦੇ ਮੁੰਦਰੀ ਹੱਥ ਪਾ ਕੇ ਮੈਂ ਟੋਰ ਨੂੰ ਬਣਾਵਾਂ ਸੋਨੇ ਦੀ ਕਲਾ ਦੇ ਮੁੰਦਰੀ ਉਹ ਲੰਬੜਾਂ ਦੀ ਜੀਤੋਣੀ ਵੀ ਮੁੰਦਰੀ ਕੜਾਈ ਹੈ ਬਹੁਤੀ ਨਹੀਂ ਉਹ ਮਹਿੰਗੀ 10,000 ਦੀ ਉਹ ਆਈ ਹੈ ਉਹ ਲੰਬੜਾਂ ਦੀ ਜੀਤੋਣੀ ਵੀ ਮੁੰਦਰੀ ਕੜਾਈ ਹੈ ਬਹੁਤੀ ਨਹੀਂ ਉਹ ਮਹਿੰਗੀ 10,000 ਦੀ ਉਹ ਆਈ ਹੈ ਰੋਵਾਂ ਤੇਰੇ ਨਾਲ ਲੈ ਕੇ ਮੈਂ ਤੇ ਲਾਵਾਂ ਰੋਵਾਂ ਤੇਰੇ ਨਾਲ ਲੈ ਕੇ ਮੈਂ ਤੇ ਲਾਵਾਂ ਸੋਨੇ ਦੀ ਕੜਾ ਦੇ ਮੁੰਦਰੀ ਸੋਨੇ ਦੀ ਕਲਾ ਦੇ ਮੁੰਦਰੀ ਉਹ ਹੱਥ ਪਾ ਕੇ ਮੈਂ ਟੋਰ ਨੂੰ ਬਣਾਵਾਂ ਸੋਨੇ ਦੀ ਕਲਾ ਦੇ ਮੁੰਦਰੀ ਉਹ ਸੋਚਾਂ ਵਿੱਚ ਮਾਈਆ ਸਾਰੀ ਰਾਤ ਨਹੀਂ ਲੰਘਦੀ ਹੋਰ ਕੁਝ ਮਾਈਆ ਨਾ ਮੈਂ ਤੇਰੇ ਕੋਲੋਂ ਮੰਗਦੀ
ਸੋਚਾਂ ਵਿੱਚ ਸਾਰੀ ਸਾਰੀ ਰਾਤ ਮਾਇਆ ਲੰਘਦੀ ਹੋਰ ਕੁਝ ਮਾਇਆ ਨਾ ਮੈਂ ਤੇਰੇ ਕੋਲੋਂ ਮੰਗਦੀ ਹੱਥ ਜੋੜਨੇ ਗੋਰੀਆਂ ਬਾਵਾਂ ਹੱਥ ਜੋੜਨੇ ਗੋਰੀਆਂ ਬਾਵਾਂ ਸੋਨੇ ਦੀ ਕਲਾ ਦੇ ਮੁੰਦਰੀ ਸੋਨੇ ਦੀ ਕਲਾ ਦੇ ਮੁੰਦਰੀ ਹੱਥ ਪਾ ਕੇ ਮੈਂ ਤੁਹਾਨੂੰ ਬਣਾਵਾਂ ਸੋਨੇ ਦੀ ਕਲਾ ਦੇ ਮੁੰਦਰੀ ਮੈਂ ਪਾ ਕੇ ਜਦੋਂ ਸੱਥ ਵਿੱਚ ਜਾਵਾਂਗੀ ਮੈਂ ਵੀ ਮਾਇਆ ਕਿਸੇ ਤੂੰ ਨਾ ਕੱਟ ਦਾ ਖਵਾਵਾਂਗੀ ਰਮੇਸ਼ ਚੰਦਰ ਤੈਨੂੰ ਸੱਚੀਆਂ ਸਵਾਵਾਂ ਕਲੈਰ ਵਾਲੇ ਨੂੰ ਮੈਂ ਸੱਚੀਆਂ ਸਵਾਵਾਂ ਸੋਨੇ ਦੀ ਕਲਾ ਦੇ ਮੁੰਦਰੀ ਸੋਨੇ ਦੀ ਕਲਾ ਦੇ ਮੁੰਦਰੀ ਹੱਥ ਪਾ ਕੇ ਮੈਂ ਟੋਰ ਨੂੰ ਬਣਾਵਾਂ ਸੋਨੇ ਦੀ ਕਲਾ ਦੇ ਮੁੰਦਰੀ ਮਾਇਆ ਗੱਲ ਸੁਣ ਮੇਰੀ ਕਰਾਂ ਮਿਲਣ ਮੈਂ ਤੇਰੀ ਗੱਲ ਸੁਣ ਮੇਰੀ ਕਰਾਂ ਮਿਲਣ ਮੈਂ ਤੇਰੀ ਹੱਥ ਜੋੜ ਕੇ ਵਾਸਤੇ ਪਾਵਾਂ ਸੋਨੇ ਦੀ ਕਲਾ ਦੇ ਮੁੰਦਰੀ ਸੋਨੇ ਦੀ ਕਲਾ ਦੇ ਮੁੰਦਰੀ ਹੱਥ ਪਾ ਕੇ ਮੈਂ ਟੋਰ ਨੂੰ ਬਣਾਵਾਂ ਸੋਨੇ ਦੀ ਕਲਾ ਦੇ ਮੁੰਦਰੀ ਅਗਰ ਗੱਲ ਕੀਤੀ ਜਾਣਾ ਸੁਨੇ ਦੀ ਸੁਨਣਾ ਫਿਰ ਅਮੀਰ ਲੋਕ ਹੈ ਲੈ ਸਕਦੇ ਨੇ ਤੇ ਜੇ ਕੋਈ ਮਹਾਰੀਆਂ ਦੀ ਆਖਿਆ ਤੇ ਮੀ ਲੱਗਦਾ ਨਹੀਂ ਹੈ ਕਿ ਕੋਈ ਦੇ ਸਕਦਾ ਕਿਉਂਕਿ ਸੁਨਣਾ ਤਾਂ ਮਹਿੰਗਾ ਹੋ ਗਿਆ ਉਹ ਵੀ ਹੈ ਨਾ ਸੁਨਣਾ ਮਹਿੰਗਾ ਹੋ ਗਿਆ ਦੇਖੋ ਜੀ ਇਹ ਤੇ ਅਸੀਂ ਇੱਕ ਲੋਕ ਆਸਾ ਬਣਾਉਣੀ ਹੁੰਦੀ ਹੈ ਕਿਉਂਕਿ ਦੁਨੀਆਦਾਰੀ ਦੇ ਫੈਸ਼ਨ ਉੱਪਰ ਚੱਲਣੇ ਪੈਂਦਾ ਕਿਉਂਕਿ ਅੱਜ ਕੱਲ੍ਹ ਮਸਾ ਜਲਾਨੀ ਇਹ ਵੀ ਗੱਲ ਹੁੰਦੀ ਹੈ ਕਿ ਸਾਡੇ ਕੋਲ ਗਹਿਣਾ ਹੋਣਾ ਚਾਹੀਦਾ ਸੁਨਣੇ ਦਾ ਸੁਨਣੇ ਬਗੈਰ ਗੱਲ ਨਹੀਂ ਚੱਲਦੀ ਨਹੀਂ ਨਹੀਂ ਜਨਾਨੀਆਂ ਦੀ ਤੇ ਪਹਿਲੀ ਤੇ ਉਹ ਚੀਜ਼ ਹੈ ਨਾ ਸੁਨਣਾ ਚਾਹੀਦਾ ਬਾਕੀ ਠੀਕ ਹੈ ਬਸ ਜੀ ਦੇਖੋ ਫਿਰ ਕਈ ਵਾਰੀ ਐਸਾ ਹੁੰਦਾ ਕੋਈ ਅੜੀ ਖੋਰ ਵੀ ਜੀ ਹੁੰਦੇ ਨੇ ਤੇ ਕੋਈ ਲਈ ਦੇਣੇ ਜੋਗੇ ਹੁੰਦੇ ਕਿ ਨਹੀਂ ਲਈ ਲਈਏ ਨਹੀਂ ਹੁਣ ਇੱਥੇ ਗੱਲ ਕਰਨੇ ਅਸੀਂ ਹੁਣ ਸਾਡੇ ਪਿੱਛੇ ਟੋਲਕੀ ਵਜਾ ਦੇਣ ਇਹ ਨਹੀਂ ਕਿ ਕੋਈ ਆਖਿਆ ਜੇ ਆਖਿਆ ਘਰ ਵਾਲੇ ਭਾਈ ਸੁਨਣੇ ਦੀ ਮੁੰਦਰੀ ਚਾਹੀਦੀ ਕਿਵੇਂ ਲਈਏ ਦੇਗੇ ਮਹਿੰਗਾ ਕਿੰਨਾ ਹੈ ਲਈਏ ਦੇ ਸਕਦੇ ਹੋ ਨਹੀਂ ਲੈ ਸਕਦੇ ਦੇਖੀ ਲਓ ਇੱਥੇ ਕਾ ਕੋਲ ਬੈਠੇ ਸਾਡੇ ਇਹ ਆਖਦੇ ਨਹੀਂ ਲਈ ਦੇ ਸਕਦੇ ਲੇਕਿਨ ਮਹਿੰਗਾ ਕਿੰਨਾ ਹੋਈ ਇਹਦਾ ਚਲੋ ਆਪਦੇ ਰੀਤੀ ਰਿਵਾਜ਼ ਕਰਨਾ ਚੱਲਣਾ ਵੀ ਚਾਹੀਦਾ ਅਤੇ ਚਲੋ ਕਰਨਾ ਹੀ ਪਾਉਂਦਾ ਅਤੇ ਹੋਰ ਕੋਈ ਗਾਣਾ ਕੋਈ ਫਿਰ ਗਾਣਾ ਕੋਈ ਹੁਣ ਤੁਹਾਨੂੰ ਜਮਲੇ ਜੱਟ ਦਾ ਤੇ ਸੁਣਾਇਆ ਸੁਣਾ ਦਿਓ ਇੱਕ ਹੋਰ ਸੁਣਾਉਂਦੇ ਹਾਂ ਫਿਰ ਬੁੱਢੇ ਜੇ ਬਾਪ ਤੈਨੂੰ ਚਾਵਾਂ ਨਾਲ ਪਾਲਿਆ ਬੁੱਢੇ ਜੇ ਬਾਪ ਤੈਨੂੰ ਚਾਵਾਂ ਨਾਲ ਪਾਲਿਆ ਸੁੰਦਰ ਜਵਾਨੀ ਵਿੱਚ ਬਚਪਨ ਚੱਲਿਆ ਇਹ ਪਿਤਾ ਦੇ ਕਲੇਜੇ ਨੂੰ ਵੀ ਠੋਕਰਾਂ ਨਾ ਲਾਵੇ ਜਗਦਿਆਂ ਚਾਨਣਾ ਤੂੰ ਮੁੱਖ ਨਾ ਇਹ ਮੁੱਖ ਨਾ ਲੁਕਾਵੇ ਜਗਦਿਆਂ ਚਾਨਣਾ ਓਏ ਅੰਮੀ ਦੀਆਂ ਸੱਦਰਾਂ ਹੋਈਆਂ ਨਹੀਂ ਉਹ ਪੂਰੀਆਂ ਅੰਮੀ ਦੀਆਂ ਸੱਦਰਾਂ ਹੋਈਆਂ ਨਹੀਂ ਉਹ ਪੂਰੀਆਂ ਭੈਣ ਦੀਆਂ ਆਸਾਂ ਅਜੇ ਪਈਆਂ ਨਹੀਂ ਅਧੂਰੀਆਂ ਇਹ ਪਾਣਾ ਵਿਛੋੜਾ ਮੇਰਾ ਦਿਲ ਨਾ ਦੁਖਾਵੇ ਜਗਦਿਆਂ ਚੱਲਣਾ ਤੂੰ ਮੁੱਖ ਨਾ ਇਹ ਮੁੱਖ ਨਾ ਲੁਕਾਵੇ ਜਗਦਿਆਂ ਚੱਲਣਾ ਛੋਟੇ ਛੋਟੇ ਵਾਲ ਤੇਰੇ ਉਹ ਛੋਟੇ ਛੋਟੇ ਵਾਲ ਤੇਰੇ ਹੰਝੂ ਪੈਣੀ ਡੋਲਦੇ ਉਹ ਪਿਤਾ ਕਿਤੇ ਚੱਲੇ ਆਏ ਅੰਮੀ ਤਾਈ ਬੋਲਦੇ ਉਹ ਲਿਖਿਆ ਜੋ ਲਿਖਾਂ ਵਿੱਚ ਚਰਦਾ ਖੁਦਾਵੇ ਜਗਦਿਆਂ ਚੱਲਣਾ ਤੂੰ ਮੁੱਖ ਨਾ ਇਹ ਮੁੱਖ ਨਾ ਲੁਕਾਵੇ ਜਗਦਿਆਂ ਚੱਲਣਾ
ਮੁਖੋਂ ਬਾਬਾ ਜੀ ਸਭ ਨੂੰ ਉਚਾਰ ਦੇ ਹੱਥ ਮੁਖੋਂ ਬਾਬਾ ਜੀ ਸਭ ਨੂੰ ਉਚਾਰ ਦੇ ਝੂਠੇ ਨੇ ਪਿਆਰੇ ਤੇ ਕੁੱਲ ਸੰਸਾਰ ਦੇ ਇਹ ਸੁਣ ਕੇ ਸਲੱਖਣੀ ਨੂੰ ਹੋ ਗਿਆ ਅਸਦਾਵੇ ਜਗਦਿਆ ਚਾਨਣਾ ਤੂੰ ਮੁੱਖ ਨਾ ਇਹ ਮੁੱਖ ਨਾ ਲੁਕਾਵੇ ਜਗਦਿਆ ਚਾਨਣਾ ਉਹ ਜਗਦਿਆ ਚਾਨਣਾ ਮੁੱਖ ਨਾ ਲੁਕਾਵੇ ਨਾਨਕੀ ਨੂੰ ਮਾਣ ਤੇਰਾ ਸਿਰਫ ਤੁਹਾਨੂੰ ਚਾਵੇ ਨਾਨਕੀ ਨੂੰ ਬਾਕੀ ਅਗਰ ਗੱਲ ਕੀਤੀ ਜਾ ਨਾ ਆਵਾਜ਼ ਤਾਂ ਮਿਲਦੀ ਹੀ ਮਿਲਦੀ ਹੈ ਅਤੇ ਅਸ ਵੀ ਇੱਕ ਫਰਮਾਇਸ਼ ਕਰਕੇ ਇੱਕ ਗਾਣਾ ਸੁਣਨੇ ਦੀ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਹਾਂਜੀ ਇਹ ਗਾਣਾ ਸੁਣਾਈ ਦਿਓ ਜ਼ਰਾ ਸਾਨੂੰ ਫਿਰ ਚਲੋ ਜੀ ਇਹਦੇ ਕੰਨੇ ਹੁਣ ਤੁਸੀਂ ਜਮਲੇ ਜੱਟ ਦਾ ਇੱਕ ਦੱਸ ਮੈਂ ਕਿ ਪਿਆਰ ਵਿੱਚੋਂ ਖੱਟਿਆ ਜਿਹੜਾ ਜ਼ਿਆਦਾ ਮਸ਼ਹੂਰ ਗਾਣਾ ਰਿਕਾਰਡ ਹੈ ਅਤੇ ਮੈਂ ਉਸਤਾਦ ਮਾਈ ਦਾ ਬਛਣਾ ਵਾਲੇ ਦਾ ਚੇਲਾ ਰਮੇਸ਼ ਚੰਦ ਜਮਲਾ ਉਸਦੇ ਸਾਹਮਣੇ ਹਾਜ਼ਰ ਲੱਗੀਆਂ ਕਰਨ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਇਸ਼ਕ ਵਾਲੇ ਪਾਸੇ ਦੀਆਂ ਨਰਦਾਂ ਖਲਾਰ ਕੇ ਇਸ਼ਕ ਵਾਲੇ ਪਾਸੇ ਦੀਆਂ ਨਰਦਾਂ ਖਲਾਰ ਕੇ ਜਿੱਤ ਗਈਏ ਤੂੰ ਅੱਜ ਮੈਂ ਗਵਾਜੇ ਹਾਰ ਕੇ ਮੈਨੂੰ ਵੇਖ ਕਮਜ਼ੋਰ ਤੇਰਾ ਚੱਲ ਗਿਆ ਜ਼ੋਰ ਤਾਂ ਮੂੰਹ ਤੋਂ ਸਜਣ ਤੋਂ ਵੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਮੈਂ ਕੀ ਪਿਆਰ ਵਿੱਚੋਂ ਖੱਟਿਆ ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਵਾਉਣ ਦਾ ਦਾ ਕੰਮ ਹੁੰਦਾ ਲਾ ਕੇ ਨਵਾਉਣ ਦਾ ਕਿਹੜਾ ਜਾਵੇ ਸਾਡੇ ਉਹਨੂੰ ਮੇਣਾ ਏ ਜਹਾਨ ਦਾ ਨੀ ਤੂੰ ਰੋਸ਼ਨੀ ਬਖਾ ਕੇ ਮੈਨੂੰ ਦੁੱਖਾਂ ਵਿੱਚ ਬਾ ਕੇ ਨਾਲ ਲਾਉ ਤੂੰ ਸਰੀਰ ਵਿੱਚੋਂ ਚੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਮੈਂ ਕੀ ਪਿਆਰ ਵਿੱਚੋਂ ਖੱਟਿਆ ਸੱਸੀ ਸੋਹਣੀ ਤੀਰੀ ਵਾਂਗ ਤੁਮੀ ਕੁਝ ਸੋਚਣੀ ਸੱਸੀ ਸੋਹਣੀ ਤੀਰੀ ਵਾਂਗ ਤੁਮੀ ਕੁਝ ਸੋਚਣੀ ਲੇਲਾ ਵਾਂਗ ਤੱਤੀ ਏ ਨੀ ਮਾਂ ਸਾਡਾ ਨੋਚਣੀ ਪਰਾਂ ਛੱਡ ਜੇ ਅਦਾਵਾਂ ਤੈਨੂੰ ਅੱਖਾਂ ਚੋਂ ਬਖਾਵਾਂ ਤੇਰੇ ਰੂਪ ਦੀ ਕਟਾਰੀ ਮੈਨੂੰ ਫੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਪਿਆਰ ਵਿੱਚੋਂ ਖੱਟਿਆ ਉਹ ਗੱਲ ਕਰ ਲੋਕੀ ਗਾਉਣ ਦੀ ਕਹਾਣੀਆਂ ਉਹ ਗੱਲ ਕਰ ਲੋਕੀ ਗਾਉਣ ਦੀ ਕਹਾਣੀਆਂ ਠੋਕਰਾਂ ਨੀ ਮਾਰ ਮੈਥੋਂ ਸਈਆਂ ਨੀ ਉਹ ਜਾਣੀਆਂ ਮੈਨੂੰ ਤੇਰੀ ਨੀ ਜੁਦਾਈ ਕਰ ਸੱਟਿਆ ਸਦਾਈ ਨਾਲ ਜਮਲਾ ਬਣਾ ਕੇ ਬਣਾ ਸੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਮੈਂ ਕੀ ਪਿਆਰ ਵਿੱਚੋਂ ਖੱਟਿਆ ਕਿਉਂਕਿ ਅਸੀਂ ਕਾਫੀ ਲੋਕਾਂ ਨੇ ਇੱਥੇ ਵੀ ਗੱਲ ਕੀਤੀ ਔਰ ਲੋਕਾਂ ਇੱਥੇ ਤਾਂ ਨਾ ਬੜਾ ਜ਼ਿਕਰ ਕੀਤਾ ਕਿ ਉਹ ਗਾਣਾ ਨਾ ਬੜਾ ਅੱਛੇ ਗਾਉਂਦੇ ਨੇ ਇਹ ਕਿਹੜਾ ਗਾਣਾ ਜਿਹੜਾ ਗਾਇਆ ਇਹਨੇ ਅਤੇ ਕਿਉਂਕਿ ਅਸੀਂ ਇੱਧਰ ਆ ਰਹੇ ਨਾ
ਤੇ ਕਾਫੀ ਜਗ੍ਹਾ ਖਲੋਤੇ ਕੁਦੇ ਅਸੀਂ ਰਸਤਾ ਪੁੱਛਿਆ ਭਾਈ ਇੱਧਰ ਉਹਦੇ ਘਰ ਜਾਣਾ ਹੈ ਤੇ ਉਹਨੇ ਵੀ ਆਖਿਆ ਆਖਿਆ ਮਾਰੇ ਅਸੀਂ ਵੀ ਉਹਦਾ ਗਾਣਾ ਸੁਣਿਆ ਲੇਕਿਨ ਇੱਕ ਗਾਣਾ ਬੜਾ ਸਹੀ ਗਾਉਂਦੇ ਨੇ ਤੇ ਲੱਗਦਾ ਕੀ ਬੰਦਾ ਚਰਚੇ ਵਿੱਚ ਤਾਂ ਕਰ ਹੁੰਦਾ ਜੇ ਸਹੀ ਹੋਵੇ ਤੇ ਦੇਖੋ ਜੀ ਇਹ ਗੱਲ ਦੇਖੋ ਅਸ ਤਾਂ ਆਖਣੇ ਹਾਂ ਕਿ ਚਲੋ ਬੜਾ ਸ਼ੁਕਰੀਆ ਲੋਕਾਂ ਦਾ ਕਿ ਜਿਹੜਾ ਲੋਕੀ ਸਾਨੂੰ ਇਸ ਕਦਰ ਸਮਝਿਆ ਇਸ ਲਾਈਨ 'ਚ ਕੰਨੇ ਇੱਕ ਗੱਲ ਹੋਰ ਪੁੱਛੀ ਜਾ ਇਸ ਲਾਈਨ 'ਚ ਪੀ ਕਿੰਨਾ ਤੁਸ ਦੇਖੋ ਅਸ ਬਚਪਨ ਦੇ ਵਿੱਚ ਗਏ ਕੋਈ ਵੀ 7-8 ਸਾਲ ਦਾ ਤਾਂ ਸਕੂਲ 'ਚ ਜਾਂਦੇ ਜਦੋਂ ਇਹ ਉਸਤਾਦ ਜਮਲੇ ਹੁੰਦੇ ਗਾਣੇ ਜਿਹੜੇ ਚੱਲਦੇ ਹਨ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਇਹ ਬੜੇ ਗਾਣੇ ਚੱਲਦੇ ਅਤੇ ਜਦੋਂ ਜਾਣਾ ਸਕੂਲਾਂ ਤੋਂ ਮਾਸਟਰ ਨੇ ਆਖਣਾ ਕਿ ਭਾਈ ਚੱਲ ਫਿਰ ਰਮੇਸ਼ ਗਾ ਗਾਣਾ ਅੱਛਾ ਸਿਮੀ ਜਮਲੇ ਜੱਟ ਦਾ ਗਾਣਾ ਕੇ ਗਾਣਾ ਮਤਲਬ ਓਲੇ ਓਲੇ ਨਾਂ ਜਿਹੜਾ ਤੁੰਦਾ ਹਾਂ ਅਤੇ ਓਲੇ ਰਮੇਸ਼ ਆ ਖਾਲੀ ਓਲੇ ਰਮੇਸ਼ ਆ ਉਹਦੇ ਬਾਅਦ 'ਚ ਜੇ ਤੁਸੀਂ ਗਾਣਾ ਸਟਾਰਟ ਕੀਤਾ ਤਾਂ ਫਿਰ ਉਸਲੇ ਬਾਅਦ ਫਿਰ ਮੈਂ ਗਾਣਾ ਸਟਾਰ ਜਿਉਂ ਕੀਤਾ ਅੱਗੇ ਫਿਰ ਤੁੰਬੀਆਂ ਹੌਲੀਆਂ ਚੱਲਦੀਆਂ ਨੇ ਕੁਤੋਂ ਕੁਤੋਂ ਸੁਣਦੀ ਕੋਈ ਸ਼ਹਿਰ 'ਚ ਲੱਭਦੀ ਨਹੀਂ ਸੀ ਪੰਜਾਬ 'ਚ ਸੋਹਣੀ ਜਿਵੇਂ ਡੱਬੇ ਦੀ ਬਣਾ ਲਈ ਅਤੇ ਕਰਨੇ ਡੰਗਰ ਚਾਰਨੇ ਕਰਨੇ ਤੁੰਬੀਆਂ ਵਜਾਉਣੀਆਂ ਲੋਕੇ ਬਾਹਰ ਵੀ ਸੁਣਨਾ ਜਾਣੇ ਅਤੇ ਸਕੂਲਾਂ 'ਚ ਵੀ ਚੱਲਣਾ ਇਹ ਜੋਲੇ ਸਰਕਾਰੀ ਹੈ ਜਿਹੜੇ ਪੰਚਾਇਤ ਕਰਨ ਆ ਇੱਥੇ ਵੀ ਹੌਲੇ ਕੋਈ ਪ੍ਰੋਗਰਾਮ ਹੋਣਾ ਤਾਂ ਮੈਂ ਸੱਦੀ ਲੈਣਾ ਅਤੇ ਇਹ ਕਰਦੇ ਕਰਦੇ ਚਲੋ ਫਿਰ ਟਾਈਮ 'ਚ ਲੱਗਦਾ ਕੋਈ ਕੰਮ ਵੀ ਕਰਨਾ ਹੋਏ ਤੁਸੀਂ ਟਾਈਮ ਲੱਗਦਾ ਫਿਰ ਮੈਂ ਐਸਾ ਕੰਮ ਹੋਇਆ ਕਿ ਜਦੋਂ ਥੋੜ੍ਹਾ 9ਵੀਂ 10ਵੀਂ 'ਚ ਪੜ੍ਹਦਾ ਹਾਂ ਅਤੇ ਫਿਰ ਮੈਂ ਉਸਤਾਦ ਧਾਰਿਆ ਸਾਡੇ ਇੱਧਰ ਸੂਫੀ ਕਲਾਕਾਰ ਨੇ ਉਸਤਾਦ ਮਾਈ ਬਛਣਾ ਵਾਲੇ ਪਿੱਛੇ ਪਾਕਿਸਤਾਨ ਆਸ਼ਕਪੁਰ ਦੇ ਨਾਲ ਅਤੇ ਉਹਦੇ ਕੋਲ ਮੈਂ ਸਿੱਖਿਆ ਹੈ ਜਿਹੜੀਆਂ ਲੋਕ ਕਥਾਵਾਂ ਹੁੰਦੀਆਂ ਨੇ ਮਿਰਜਾ ਮੁਰਜਾ ਪੂਰਨ ਪਰਨ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਜੋੜੀ ਪੁਗੇ ਗਾਉਂਦੇ ਹਨ ਸਿਰ ਅਤੇ ਉਸਤਾਦ ਆਲਮ ਲੁਹਾਰ ਅਤੇ ਉਸਤਾਦ ਜਮਲਾ ਸਾਹਿਬ ਵੀ ਉਹਦੇ ਕੰਨੇ ਗਾਉਂਦੇ ਹਾਂ ਉਹਦੇ ਅਸੀਂ ਫਿਰ ਤਾਂ ਸਾਰੇ ਕਲਾਕਾਰ ਦੇਖੇ ਅਤੇ ਫਿਰ ਇਹਦੇ ਕੰਨੇ ਵੀ ਨਮਸਕਾਰ ਕੀਤਾ ਇਹਨਾਂ ਹੀ ਮੱਥਾ ਟੇਕਿਆ ਹਾਂ ਗੁਰੂ ਧਾਰ ਲਿਆ ਅਤੇ ਭਾਈ ਉਹਦੇ ਕੰਨੇ ਬੜੀ ਗਈ ਕਿਰਪਾ ਰਹੀ ਮੈਂ ਇਹ ਆਲਮ ਲੁਹਾਰ ਦੀਆਂ ਚੀਜ਼ਾਂ ਕੰਨੇ ਅਵਾਰਡ ਵੀ ਲਏ ਜਮਲੇ ਜੱਟ ਦੀਆਂ ਚੀਜ਼ਾਂ ਕੰਨੇ ਅਵਾਰਡ ਲਏ 5-6 ਅਵਾਰਡ ਮਿਲੇ ਜਾਣ ਵੀ ਆਪਣੀ ਰਿਆਸਤ ਫਿਰ ਲੋਕ ਤੋਂ ਹੀ ਜਾਣਨ ਲੈ ਪਏ ਹੋਣੇ ਭਾਈ ਹੁਣ ਰਮੇਸ਼ ਚੰਦ ਜਮਲਾ ਹੀ ਨੇ ਹਾਂਜੀ ਜੋਲੇ ਫਿਰ ਜੋਲੇ PCI ਵਾਲੇ ਰਿਕਾਰਡਿੰਗ ਕੀਤੀ ਚਾਹੇ ਸਾਡੇ ਲਕਸ਼ਮੀ ਸਟੂਡੀਓ ਇੱਥੇ ਨਵਾਂਸ਼ਹਿਰ ਇਹਨੇ ਕੀਤੀ ਫਿਰ ਇਹਨੇ ਨਾਂ ਰੱਖਿਆ ਜਮਲਾ ਕਿਉਂਕਿ ਉਹਨੇ ਦੱਸੇ ਦਿਖਿਆ ਆਖਣਾ ਵੀ ਤੁੰਦਾ ਤਾਂ ਮਤਲਬ ਪੂਰਾ ਉਹਦੇ ਕੰਨੇ 6 ਆਵਾਜ਼ ਜਿਹੜੀ ਹੈ ਕਾਪੀ ਕਰਦੀ ਹੈ ਲੇਕਿਨ ਆਵਾਜ਼ ਪਹਿਲੇ ਗਈ ਹੈ ਜਿਹੀ ਜਾਂ ਥੋੜ੍ਹਾ ਜਿਹਾ ਫਰਕ ਪਾਇਆ ਨਹੀਂ ਨਹੀਂ ਆਵਾਜ਼ ਇਹ ਜਦੋਂ ਬਚਪਨ 'ਚ ਅਗਰ ਨਹੀਂ ਸੀ ਹਾਂ ਕੁਝ ਚੀਜ਼ਾਂ ਜਿਹੜੀਆਂ ਫਿਰ ਮੈਂ ਜਮਲੇ ਜੱਟ ਦੀਆਂ ਗਾਈਆਂ ਕਈ ਆਖਦੇ ਲਿਖੀ ਗਾਏ ਵੀ ਲਿਖੀਆਂ ਨਹੀਂ ਅੱਜ ਮੈਂ ਇੱਕ ਪਾਸੇ ਲੱਗੀ ਪਾਉਂ ਤਾਂ ਸਾਰੀਆਂ ਰਿਕਾਰਡਾਂ ਮੈਂ ਲਿਖੇ ਤਾਂ ਨਹੀਂ ਲਿਖੇ ਬਗੈਰ ਕਿ ਮੈਂ ਐਸਾ ਕਿ ਕਹਿੰਦਾ ਕਿ ਲਫ਼ਜ਼ ਕਹਿੰਦੇ ਲਫ਼ਜ਼ ਪੂਰਾ ਹੁੰਦਾ ਹੈ ਅਤੇ ਆਪਣੀਆਂ ਚੀਜ਼ਾਂ ਵੀ ਬੜੀਆਂ ਲਿਖੀਆਂ ਮੈਂ ਗਾਇਆ ਪਹਿਲੂ ਇੱਕ ਫਰੂਟੀਆਂ ਵਾਲਾ ਫਰੂਟੀਆਂ ਨੇ ਘਰ ਗੱਲ 'ਤੇ ਉਹ ਪਹਿਲੂ ਗਾਇਆ ਹਾਂ ਉਹ ਚੱਲਿਆ ਫਿਰ ਉਹ ਵੀ ਚੱਲਿਆ ਗਾਣਾ ਉਹ ਤਾਂ ਵੈਸੇ ਵੀ ਆਖਦੇ ਨਾ ਕਿ ਆਖੇ ਮਤਲਬ ਫਰੂਟੀਆਂ ਦੇ ਘਰ ਤਬਾਹ ਕਰੀ ਉਹਦੇ ਵੈਸੇ ਅਤੇ ਚਲੋ ਆਸ ਉਸੀ ਚੀਜ਼ ਦੀ ਦੱਸਣਾ ਵੀ ਨਹੀਂ ਚਾਹੁੰਦੇ ਹਨ ਬਾਕੀ ਗਾਣੇ ਅਗਰ ਹੈ ਤਾਂ ਗਾਣੇ ਦੇ ਗਾਣੇ ਪਾਉਂਦੇ ਹਨ ਅਤੇ ਫਿਰ ਕੋਈ ਆਪਦੇ ਆਲਮ ਲੁਹਾਰ ਦਾ ਇੱਕ ਗਾਣਾ ਉਹ ਵੀ ਸੁਣਾਈ ਉਹ ਵੀ ਸੁਣਾ ਦਿੰਦੇ ਕਿਉਂਕਿ ਆਮ ਤਾਂ ਮੇਰਾ ਜਿਹੜਾ ਚੱਲਿਆ ਗਾਣਾ ਵੀ ਬਣਿਆ ਉਹਦੇ ਕਿ ਜਿਹੜਾ ਬੋਲ ਮਿੱਟੀ ਦੀ ਆਵਾਜ਼ ਆ ਸੁਣਾ ਦਿੰਦਾ ਬਾਵਿਆ ਤੇਰੇ ਦੁੱਖਾਂ ਨੇ ਮਾਰੇ ਮਕਾ ਲਿਆ ਮੇਰਾ ਸੋਨਾ ਮਾਹੀ ਆ ਜਾ ਓ ਹੋ ਮਿੱਟੀ ਬਾਬਾ ਬਣਾਇਆ ਮਿੱਟੀ ਦਾ ਮੈਂ ਬਾਬਾ ਬਣਾਇਆ ਉਹ ਉੱਤੇ ਜਾ ਦਿੰਦੀਆਂ ਖੇਸੀ ਬਤਨਾ ਵਾਲੇ ਮਾਨ ਕਰਨ ਕਿ ਮੈਂ ਮਾਨ ਕਰਾਂ ਪੁਰਦੇਸੀ ਮੇਰਾ ਸੋਨਾ ਮਾਹੀ ਆ ਜਾ ਗੱਲਾਂ ਘਰ
ਮੇਰੀਆਂ ਓ ਮੇਰੀਆਂ ਮੈਨੂੰ ਸ਼ਕਲ ਵਿਖਾ ਜਾ ਆ ਜਾ ਓ ਬੋਲਣਾ ਮੈਨੂੰ ਸ਼ਕਲ ਵਿਖਾ ਜਾ ਆ ਜਾ ਓ ਬੈਰੀਆਂ ਨੀ ਖੋਲਦਾ ਉਹ ਬੋਲ ਮਿੱਟੀ ਜਿਆ ਉਹ ਗੱਲ ਪਈ ਇੱਕ ਨਜ਼ਰੀ ਆਉਂਦੀ ਉਹਦਾ ਛੇਤੀ ਕਰਨੋ ਪਾਵਾਂ ਪਾਣੀ ਸਾਬਣ ਪਾ ਕੇ ਉਹਨੂੰ ਦਿੰਦੇ ਖੂਨ ਹਾਏ ਉਹਦੇ ਗਲਬ ਚ ਅਲਖੀ ਪਾਉਂਦੇ ਕਲਮਾ ਲੈ ਲੁਹਾ ਸੁਬਾ ਸਵੇਲੇ ਗੱਭਰੂ ਨੇਲੇ 360 ਜਵਾਬ ਚ ਕਿਉਂ ਨੀ ਬੋਲਦਾ ਪੂਰਾ ਕਿਉਂ ਨੀ ਤੋਲਦਾ ਆਏ ਦਿਲਾਂ ਦੀ ਕੁੰਡੀ ਨੂੰ ਉਹ ਬੈਰੀਆਂ ਨੀ ਖੋਲਦਾ ਓ ਬੋਲ ਮਿੱਟੀ ਜਿਆ ਓ ਮਾਂ ਧੀ ਨੂੰ ਮੱਤਾਂ ਦਿੰਦੀ ਤੂੰ ਮਾਇਆ ਵਿੱਚ ਮੋਈ ਨੀ ਕੰਨੋ ਲੱਜ ਕਿਸੇ ਦੀ ਨਾਈ ਤੂੰ ਕੀ ਲਾਲੀ ਲੋਈ ਨੀ ਸਾਹਿਬ ਦਾ ਦਰਵਾਜ਼ਾ ਨੀ ਮਾਂ ਤੂੰ ਪਗੜੀ ਉੱਚ ਆਈ ਨੀ ਜਾ ਸਵੇਰੇ ਰਾਫਲ ਕੁੜੀਏ ਸੁੱਤਿਆਂ ਲੈਣ ਬਿਆਈ ਨੀ ਕੀ ਹੋਇਆ ਤੁਹਾਨੂੰ ਚਰਖੇ ਧੰਦਣਾ ਪਾਈ ਨੀ ਬਣ ਬੈਠੀ ਪੰਜ ਫੂਲਾਂ ਰਾਣੀ ਘਰ ਵਿੱਚ ਹੁਕਮ ਚਲਾਇਆ ਨੀ ਨੌਂ ਦਰਵਾਜ਼ੇ ਮੈਂ ਕਰੇ ਜੇ ਉੱਚਾ ਬਹੁਤ ਬਣਾਇਆ ਨੀ ਜਿਸ ਕੋਲੋਂ ਤੂੰ ਕੋਠਾ ਲੀਤਾ ਕਾਗਜ਼ ਨੀ ਕਰਵਾਇਆ ਨੀ ਪਤਾ ਨੀ ਉਸਾ ਕਿੰਨੇ ਸਾਹੀ ਲਿਖਿਆ ਨਹੀਂ ਕਰਾਇਆ ਨੀ ਸਜੀ ਕਿਨਾਰੇ ਤਾਂ ਹਮੇਸ਼ਾ ਕੰਦਰੇ ਦੀ ਪਾਈ ਨੀ ਜਾਂ ਸਵੇਰੇ ਰਫਲ ਕੁੜੀਏ ਸੁੱਤਿਆਂ ਰਹਿਣ ਵਿਆਹੀ ਤੇ ਕਿਉਂ ਨੀ ਬੋਲਦਾ ਪੂਰਾ ਕਿਉਂ ਨੀ ਤੋਲਦਾ ਆਏ ਦਿਲਾਂ ਦੀ ਕੁੰਡੀ ਨੂੰ ਵੈਰੀਆਂ ਨੀ ਖੋਲਦਾ ਬੋਲ ਮਿੱਟੀ ਨਿਆ ਬੋਲ ਮਿੱਟੀ ਨਿਆ ਬੋਲ ਮਿੱਟੀ ਨਿਆ ਬੋਲ ਮਿੱਟੀ ਨਿਆ ਸੁਣੀ ਲਿਆ ਦਿਖੀ ਲਿਆ ਔਰ ਵਾਕਿਆ ਅਗਰ ਮਜ਼ਾ ਆਗ ਨਾ ਤਾਂ ਜ਼ਰੂਰ ਸ਼ੇਅਰ ਵੀ ਕਰਿਓ ਅਤੇ ਕਮੈਂਟ ਵੀ ਕਰਿਓ ਦੇਸ ਰਾਜ ਅਤੇ ਗੁਲਿਸਤਾਨ ਚੈਨਲ ਦੀ ਦਿਓ ਇਜਾਜ਼ਤ ਨਮਸਕਾਰ